ケーキ屋じゃないんだね。ペッパーラスパークなんだ。ブラックサンデーだっていう。こんにちは、わけな。でも、バルケタビニア。もう、さらめてあかんた。気持ちいい。チャチギ行きからね、チャチギめべ、キャンワナジクペンローで。あ、チャチカロンで。チャチギスペア。ਸਾਰੀ ਰਾਤ ਨਹੀਂ ਸੌਂਦੇ ਚਾਚੀ ਜੀ, ਇੰਨੀ ਟੈਨਸ਼ਨ ਲਈ ਹੈ ਨਾ ਇਹਨਾਂ ਨੇ, ਉਦਣ ਦੀ ਕੋਈ ਹਿਸਾਬ ਨਹੀਂ, ਇੰਨੀ ਟੈਨਸ਼ਨ ਲੈਂਦੇ ਆ, ਸਾਰੀ ਰਾਤ ਨਹੀਂ ਸੌਂਦੇ, ਸੁੱਤੇ ਰਹਿੰਦੇ। ਪਾਸਤਾ ਬਣਾ ਕੇ ਨਾ ਫਿਰ ਹੀ ਖਾਂਦੀ ਹੈ। ਫੋਨ ਚੁੱਕ ਲੈਂਦੀ, ਕਿਸੇ ਦਾ ਆ ਹੀ ਨਾ ਜਾਵੇ। ਆਉਣਾ ਕਿੰਨਾ ਹੈ, ਜ਼ਿਆਦਾ ਤਾਂ ਸ਼ੰਮੀ ਕਰਦੀ ਆ, ਮਾਂ ਨੂੰ ਹੀ ਕਰਨਾ ਵਾ, ਦੁੱਖ ਆਪਣਾ ਕਿਹਨੂੰ ਦੱਸੇ। ਅਤੇ ਜਾਂ ਇੱਕ ਮੈਂ ਸੁਣ ਲੈਂਦੀ ਉਹਦਾ ਦੁੱਖ, ਕੀ ਕਰੀਏ, ਕਿਹੜੇ ਹਾਲਾਤਾਂ 'ਚ ਗੁਜ਼ਰਦੀ ਪਈ ਸ਼ਮੀ, ਇਹ ਮੈਨੂੰ ਪਤਾ ਅਤੇ ਚਾਚੀ ਨੂੰ ਪਤਾ, ਹੋਰ ਕੋਈ ਨਹੀਂ ਸਮਝ ਸਕਦਾ। ਚੁੱਪ, ਸੁੱਤੇ ਰਹਿੰਦੇ, ਠਹਿਰ ਕੇ ਕੰਮ ਕੀ। ਚਾਚੀ ਤਾਂ ਬਾਅਦ 'ਚ ਜਾਂਦੀ ਹੈ, ਮੈਨੂੰ ਮੇਰਾ ਸ਼ਮੀ ਨਾਲ ਗੱਲ ਕਰਨਾ, ਧਿਆਨ ਮੇਰਾ ਹਰ ਟਾਈਮ ਸ਼ਮੀ 'ਚ ਲੱਗਾ ਰਹਿੰਦਾ ਵਾ, ਕੀ ਕਰ। ਚਾਚੀ ਸੁੱਤੇ ਆ, ਚੱਲ ਮੈਂ ਕਰਕੇ ਪੁੱਛ ਲੈਂਦੀ ਹਾਂ ਇੱਕ ਵਾਰੀ। ਹੈਲੋ, ਹਾਂਜੀ ਭਾਬੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸ਼ੰਮੀ? ਬਸ ਠੀਕ ਹੈ ਭਾਬੀ, ਤੁਸੀਂ ਸੁਣਾਓ ਕਿੱਦਾਂ? ਆਪਾਂ ਤਾਂ ਭੈਣ ਠੀਕ ਹੈ, ਤੂੰ ਆਪਣੀ ਸੁਣਾ, ਠੀਕ ਹੈ ਨਾ ਤੂੰ? ਹਾਂਜੀ ਭਾਬੀ, ਠੀਕ ਹੈ ਮੈਂ ਵੀ ਬਸ। ਹੋਰ ਕੀ ਕਰਦੀ ਪਈ ਸਾਂ? ਕੁਝ ਨਹੀਂ ਭਾਬੀ, ਬਸ ਰਸੋਈ ਸਾਫ਼ ਕਰ ਲੈਂਦੀ ਸੀ, ਫਿਰ ਰੋਟੀ ਬਣਾ ਕੇ ਹਟੀ ਹਾਂ। ਅੱਛਾ, ਸਿਮਰਤ ਕਿੱਥੇ ਆ? ਭਾਬੀ ਉਹ ਲੰਮੇ ਪਈ ਹੋਈ ਆ। ਕੰਮ ਕੁੰਮ ਕਰਦੀ ਕਿ ਨਹੀਂ ਕੋਈ? ਇੱਦਾਂ ਹੀ ਆ ਬਸ, ਕੰਮ ਤਾਂ ਨਹੀਂ ਕਰਦੀ, ਬਸ ਨਾ ਕਰਦੀ ਆਪਣਾ ਵੀ ਕੰਮ ਮੈਂ ਕਰ ਲਈ। ਉਹ ਤਾਂ ਸਾਨੂੰ ਲੱਭ ਨਹੀਂ ਦਿਆ, ਕੰਮ ਤਾਂ ਮੇਰੇ ਕੋਲ ਹੀ ਕਰਾਉਂਦੀ ਹੈ ਸਾਰਾ, ਉਹ ਤਾਂ ਸਾਨੂੰ ਦਿਖ ਨਹੀਂ ਦਿਆ ਵਾ, ਨਾ ਕਰਨ ਨੂੰ ਤਾਂ ਉਹ ਬਸ ਅੱਗੇ ਹੀ ਆ, ਇੱਧਰ ਵੀ ਨਾ ਕਰਦੀ ਸੀ, ਉੱਧਰ ਵੀ ਨਾ ਕਰਦੀ, ਪਤਾ ਨਹੀਂ ਨਾ ਕਰਕੇ ਨਹੀਂ ਕਿਹੜਾ ਨਾਮ ਲੈ ਲੈਣਾ ਮੈਂ। ਹੋਰ ਸੁਣਾ ਸ਼ੰਮੀ ਤੂੰ ਮੈਨੂੰ? ਉਹਨੂੰ ਕੌਣ ਸਮਝਾਵੇ, ਜੋ ਉਹਦਾ ਜੀ ਕਰਦਾ ਉਹ ਕਰੀ ਜਾਣ ਡਈ ਆ ਬਸ, ਉਹਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਮੇਰੀ ਭੈਣ ਹੈ ਅਤੇ ਭੈਣ ਨਾਲ ਹੀ ਮੈਂ ਧੱਕਾ ਕਰੀ ਜਾਣ ਡਈ ਹਾਂ ਪਾਸੇ। ਸ਼ੰਮੀ ਜੇ ਕੋਈ ਦੂਸਰਾ ਹੁੰਦਾ ਨਾ ਇੱਥੇ ਤੇਰੀ ਦਰਾਣੀ, ਸ਼ਾਇਦ ਉਹ ਨਾ ਕਰਦੀ, ਪਰ ਇੰਨੀ ਤਾਂ ਪਤਾ ਨਹੀਂ ਕਿਹੜੇ ਜਨਮ ਦੇ ਬਦਲੇ ਲੈਣ ਲੱਗੀ ਤੇਰੇ ਨਾਲ। ਸਹੀ ਗੱਲ ਹੈ ਭਾਬੀ, ਮੈਂ ਸੋਚਦੀ ਸੀ ਵੀ ਚੱਲ ਮੇਰੀ ਭੈਣ ਹੈ ਕਿਤੇ ਨਾ ਕਿਤੇ ਸਹੁਰੇ ਘਰ ਮੇਰਾ ਪੱਖ ਲਊਗੀ, ਪਰ ਮੈਨੂੰ ਕੀ ਪਤਾ ਸੀ ਕਿ ਉਲਟਾ ਮੇਰਾ ਜੀਣਾ ਹੀ ਹੈਰਾਨ ਕਰ ਦੂਗੀ। ਇਹ ਕੀ ਕਰਨਾ ਹੈ, ਇਹਨੂੰ ਤਾਂ ਸਮਝਾ ਸਮਝਾ ਕੇ ਵੇਖ ਲਿਆ, ਪਰ ਸਾਡੀ ਸਮਝ ਤੋਂ ਬਾਹਰ ਹੋ ਗਿਆ।
ਜਿੰਨੀ ਇਹਦੇ ਭਰਾ ਲਾਉਂਦੇ ਆ ਜਾਂ ਮੈਂ ਕਰਦੀ ਹਾਂ ਨਾ, ਇਹਨੂੰ ਕੁੜੀ ਨੂੰ ਮਾਸਾ ਸਮਝ ਨਹੀਂ ਆਉਂਦੀ। ਪਤਾ ਮਾਂ ਦੇ ਮਗਰ ਲੱਗਦੀ ਆ, ਹੋਰ ਨਹੀਂ ਕਿਸੇ ਦੀ ਸੁਣਦੀ। ਜੋ ਮਾਂ ਨੇ ਕਹਿਣਾ ਨਾ ਉਹੀ ਕਰਨਾ ਇਹਨੇ। ਪਾਪੀ, ਚਾਚੀ ਵੀ ਤਾਂ ਪੁੱਠੀ ਚੁੱਕਣਾ ਦਿੰਦੀ ਆ, ਉਹਨੇ ਕਿਹੜਾ ਅੱਜ ਤੱਕ ਇਹਨੂੰ ਸਹੀ ਮੱਤ ਦਿੱਤੀ ਆ। ਹੁਣ ਭੂਆ ਜੀ ਆ, ਉਹ ਤਾਂ ਸਾਰਿਆਂ ਨਾਲ ਪਿਆਰ ਕਰਦੀ ਆ, ਅਤੇ ਚਾਚੀ ਚਾਚੀ ਬਸ ਆਪਣੀ ਧੀ ਦਾ ਪੱਖ ਲੈਂਦੀ। ਸਹੀ ਗੱਲ। ਚੱਲ ਤੂੰ ਮੈਨੂੰ ਇਹ ਦੱਸ, ਸੱਸ ਤੇਰੀ ਠੀਕ ਹੈ? ਉਸ ਤੋਂ ਬਾਅਦ ਬੋਲਦੀ ਤਾਂ ਨਹੀਂ ਇੰਨਾ ਜ਼ਿਆਦਾ? ਇੱਦਾਂ ਹੀ ਆ ਭਾਬੀ, ਬਸ ਗੱਲ ਗੱਲ 'ਤੇ ਸੁਣਾ ਦਿੰਦੀ ਹੈ। ਅਜੇ ਥੋੜ੍ਹਾ ਜਿਹਾ ਰਣਜੀਤ ਤੋਂ ਡਰਦੀ ਹੈ, ਨਹੀਂ ਤਾਂ ਮੈਨੂੰ ਉੱਦਣ ਦਾ ਘਰੋਂ ਕੱਢ ਹੁੰਦੀ ਉਹ। ਚਲੋ ਸ਼ੁਕਰ ਹੈ ਮਾਲਕ ਦਾ, ਰਣਜੀਤ ਦਾ ਥੋੜ੍ਹਾ ਬਹੁਤਾ ਤਾਂ ਡਰ ਹੈਗਾ। ਹਾਂਜੀ ਸ਼ੰਮੀ, ਮੈਂ ਤੈਨੂੰ ਇਹ ਪੁੱਛਣਾ ਸੀ, ਤੇਰੀ ਨਨਾਣ ਤਾਂ ਨਹੀਂ ਤੇਰੀ ਨੂੰ ਕੋਈ ਗੱਲ ਕਰਦੀ? ਨਾ ਨਾ ਭਾਬੀ, ਉਹ ਤਾਂ ਬੜੀ ਚੰਗੀ ਹੈ। ਉਸ ਦਿਨ ਆਈ ਸੀ ਦੀਦੀ, ਉਹਨੂੰ ਸਾਰੀ ਗੱਲ ਦਾ ਪਤਾ ਲੱਗਾ, ਅਤੇ ਪਹਿਲੇ ਸਗੋਂ ਮੇਰੇ ਨਾਲ ਇੰਨਾ ਪਿਆਰ ਨਹੀਂ ਕਰਦੀ ਦੀਦੀ, ਅਤੇ ਉੱਦਣ ਤਾਂ ਮੈਨੂੰ ਉਹਨੇ ਗਾਣਾ ਗਾਇਆ, ਬੁਰਾ ਮੇਰਾ ਪੱਖ ਲਿਆ। ਮੰਮੀ ਨੂੰ ਵੀ ਸਮਝਾ ਕੇ ਗਈ, ਕਹਿੰਦੀ ਉਹਦੀ ਕਿਹੜਾ ਵੱਸ ਦੀ ਗੱਲ ਹੈ, ਸਭ ਤੋਂ ਜ਼ਿਆਦਾ ਬੱਚੇ ਦੀ ਲੋੜ ਤਾਂ ਇੱਕ ਮਾਂ ਨੂੰ ਹੁੰਦੀ ਹੈ ਨਾ, ਬਾਕੀ ਰਿਸ਼ਤੇ ਤਾਂ ਬਾਅਦ ਦੇ ਹੁੰਦੇ ਆ। ਮੇਰਾ ਬਹੁਤ ਪੱਖ ਲੈਂਦੀ ਹੈ ਦੀਦੀ, ਬਹੁਤ ਚੰਗੀ ਹੈ। ਕਿੰਨੀ ਚੰਗੀ ਆ ਨਾ ਵੇਲਾ, ਔਰਤੋਂ ਕਹਿੰਦੇ ਇੱਕ ਔਰਤ ਦਾ ਦਰਦ ਸਮਝਿਆ, ਅਤੇ ਜਿਹੜੀ ਸਾਡੀ ਸਿਮਰਤ ਉਹਨੂੰ ਸਮਝ ਹੀ ਨਹੀਂ ਆਉਂਦੀ, ਉਹੀ ਤਾਂ ਇੱਕ ਔਰਤ ਆ। ਉਹੀ ਨਾ ਭਾਬੀ, ਮੈਨੂੰ ਸਗੋਂ ਡਰ ਸੀ ਕਿ ਮੰਮਾ ਦੀਦੀ ਦਾ ਕੋਈ ਪਤਾ ਨਹੀਂ ਕਿ ਮੇਰਾ ਪੱਖ ਲਊਗੀ ਕਿ ਜਾਂ ਮੰਮੀ ਜੀ ਦਾ ਲਊਗੀ, ਪਰ ਨਹੀਂ, ਉਹਨਾਂ ਨੇ ਮੇਰਾ ਹੀ ਪੱਖ ਲਿਆ। ਉਹਨਾਂ ਨੇ ਸਗੋਂ ਉਲਟਾ ਮੰਮੀ ਜੀ ਨੂੰ ਸਮਝਾਇਆ ਕਿ ਰੱਬ 'ਤੇ ਭਰੋਸਾ ਰੱਖ ਕੇ ਚੱਲੋ, ਇੱਕ ਦਿਨ ਬਾਬਾ ਜੀ ਜ਼ਰੂਰ ਮੇਰ ਕਰਨਗੇ, ਅਤੇ ਘਰੋਂ ਕੱਢਣ ਦਾ ਕੋਈ ਮਤਲਬ ਨਹੀਂ ਬਣਦਾ ਉਹਨੂੰ, ਕਿ ਨਾ ਤਾਂ ਨਹੀਂ ਮੇਰੇ ਮਾਤਾ ਦਿਆ ਕਰ ਉਹਨੂੰ। ਚੱਲ ਸ਼ੰਮੀ, ਜੇ ਕੀ ਪਤਾ ਧੀ ਨੇ ਸਮਝਾਇਆ ਤਾਂ ਮਾਂ ਸਮਝੀ ਜਾਏ, ਤੂੰ ਉਸ ਰੱਬ 'ਤੇ ਵਿਸ਼ਵਾਸ ਰੱਖ। ਅਤੇ ਮੈਂ ਨਾ ਤੈਨੂੰ ਬਾਅਦ ਵਿੱਚ ਫੋਨ ਕਰਨੀ ਆ, ਮੈਂ ਨਾ ਥੋੜ੍ਹਾ ਜਿਹਾ ਕਿਚਨ 'ਚ ਕੰਮ ਕਰਨਾ। ਹਾਂਜੀ ਭਾਬੀ, ਠੀਕ ਹੈ, ਮੈਂ ਵੀ ਪੋਚੇ ਲਾਉਣ ਲੱਗੀ। ਚੱਲ ਤੂੰ ਆਪਣਾ ਧਿਆਨ ਰੱਖੀ ਹੈ, ਕਰ ਲਿਆ ਕਰ ਫੋਨ ਕਦੀ ਕਦੀ ਮੈਨੂੰ। ਲੈ ਭਾਬੀ, ਤੁਹਾਨੂੰ ਵੀ ਫੋਨ ਕਰਨਾ ਅਤੇ ਹੋਰ ਕਿਹਨੂੰ ਕਰਨਾ, ਇੱਕ ਤੁਸੀਂ ਤਾਂ ਹੈਗੇ ਹੋ, ਅਤੇ ਇੱਕ ਭੂਆ ਜੀ ਜਿਹੜਾ ਮੇਰਾ ਦੁੱਖ ਦਰਦ ਸੁਣਦੇ। ਚੱਲ ਠੀਕ ਹੈ ਸ਼ੰਮੀ, ਠੀਕ ਹੈ, ਓਕੇ ਓਕੇ ਭਾਬੀ। ਸ਼ੁਕਰ ਹੈ ਮਾਲਕ ਦਾ, ਉਹਦੀ ਨਨਾਣ ਨੇ ਉਹਦੀ ਸੱਸ ਨੂੰ ਸਮਝਾਇਆ, ਕੀ ਪਤਾ ਮਾਂ ਦੀ ਗੱਲ ਧੀ ਦੀ ਗੱਲ ਸਮਝ ਜਾਏ ਮਾਂ। ਚੱਲ ਮੈਂ ਲਾਵਾਂ ਤੜਕਾ। ਫੋਨ ਕਰਦੀ ਹਾਂ ਲੱਕੀ ਨੂੰ, ਚੁੱਕਿਆ ਹੀ ਨਹੀਂ ਪਿਆ ਫੋਨ, ਪਤਾ ਨਹੀਂ ਗੱਲਾਂ ਲੱਗੇ ਹੋਣੇ ਨੇ। ਇਹਨਾਂ ਦੇ ਜੱਟ ਜਿਹੜਾ ਮੈਂ ਦੱਸਦੀ ਹਾਂ, ਮਾਰਤਾ ਗਰਮੀ 'ਚ ਮੈਨੂੰ। ਪਾਣੀ ਪਿਆਵਾਂ? ਪਾਣੀ ਤੁਸੀਂ ਮੈਨੂੰ ਬਥੇਰੇ ਪਿਆ ਕੇ ਅੰਦਰ ਆ ਤੋਂ
ਅੰਦਰ ਹੀ ਬੈਠੇ ਆ। ਗਰਮੀ ਕਹਿ ਅੰਦਰ ਏਸੀ ਚੱਲਦਾ ਪਿਆ ਨਾ। ਮੈਨੂੰ ਏਸੀ ਲੋਸ਼ਨ ਦੀ ਲੋੜ ਨਹੀਂ ਹੈਗੀ। ਤੇ ਕਮਰੇ ਚ ਆ, ਮੈਂ ਤੇਰਾ ਗੱਲ ਕਰਨੀ ਹੈ ਤੇਰਾ ਪਹਿਲਾਂ। ਤੇ ਚੱਲਾਂ ਅੰਦਰ, ਮੈਂ ਪਾਣੀ ਲਿਆਈ ਤੁਹਾਡੇ ਵਾਸਤੇ। ਪਾਣੀ ਲਿਆਵਾਂ। ਵੇਖ ਕਿਵੇਂ ਨੀਂਦਰੇ ਚੜੇ ਪਏ ਨੇ, ਦੂਜੇ ਦੇ ਨੀਂਦਰਾਂ ਭਜਾ ਕੇ ਹੈ ਇੱਥੇ ਆਰਾਮ ਪਏ ਹੁੰਦੇ ਨੇ। ਭੈਣ ਜੀ ਆ ਗਏ ਤੁਸੀਂ? ਆ ਹੀ ਗਈ ਆ, ਲੱਗਦਾ ਤੇ ਪਿਆ ਆ ਗਈ ਆ। ਕਦੋਂ ਆਏ ਜੇ? ਹੁਣੇ ਹੀ ਆਈ ਆ, ਜਦੋਂ ਤੁਸੀਂ ਆਰਾਮ ਕਰ ਰਹੇ ਸੋ। ਪਾਣੀ ਨਹੀਂ, ਕਹਿ ਪਾਣੀ ਨਹੀਂ ਪੀਣਾ, ਮੈਂ ਬਾਅਦ ਹੀ ਪਾਣੀ ਪੀਣਾ। ਪਹਿਲਾਂ ਤੇ ਮੈਨੂੰ ਇਹ ਦੱਸ ਲੱਕੀ ਕਿੱਥੇ ਹੈ? ਕੀ ਗੱਲ? ਆਪਣੇ ਭਰਾਵਾਂ ਨਾਲ ਲੜ ਪਏ ਜੇ? ਅੱਛਾ, ਯਾਨੀ ਕਿ ਜਦੋਂ ਮੈਂ ਆ ਕੇ ਬੋਲਾਂ ਤੇ ਮੈਂ ਭਰਾਵਾਂ ਨਾਲ ਲੜ ਕੇ ਆਈ ਆ? ਨਹੀਂ ਨਹੀਂ, ਹਾਂ ਤੁਸੀਂ ਇਹਨੇ ਸੋਚਿਆ ਮੈਂ ਸੋਚੀ ਮੈਂ ਖੁਸ਼ ਖੁਸ਼ੀਆਂ ਨਹੀਂ ਮੇਰੇ ਭਰਾਵਾਂ ਨਾਲ ਲੜਦੇ ਰਹਿੰਦੇ ਮੈਂ ਭਰਾਵਾਂ ਨਾਲ ਲੜਦੀ ਆ। ਆਪਾਂ ਇਹ ਸੋਚਨੇ ਵੀ ਨਾ ਕਿ ਕੋਈ ਗੱਲ ਹੋ ਗਈ ਹੈ ਜਿਹੜੀ ਤੁਸੀਂ ਇਹਨੇ ਗਰਮੀ ਚ ਆਈ। ਗੱਲ ਉੱਥੇ ਨਹੀਂ ਹੋਈ, ਗੱਲ ਇੱਥੇ ਹੋਈ ਹੈ। ਕਿਹੜੀ ਗੱਲ ਮਾ? ਕਿਹੜੀ ਗੱਲ ਹੋਈ? ਜਿਹੜੀ ਤੁਸੀਂ ਇੱਥੇ ਰੋਜ਼ ਨਿਤ ਨਵੀਂ ਕਰਤੂਤ ਕੋਈ ਨਾ ਕੋਈ ਕਰ ਧਰਦੇ ਜੇ ਮੇਰੇ ਵਾਸਤੇ। ਕਰਤੂਤ? ਕਿਹੜੀ ਕਰਤੂਤ ਮਾ? ਆਪਾਂ ਨਹੀਂ, ਮੇਰੀ ਇੱਕ ਗੱਲ ਸੁਣ ਸਿਮ, ਦੱਸ ਪਹਿਲੇ ਮੈਨੂੰ ਇੱਕ ਗੱਲ ਦੱਸ, ਸਿਮਰ ਤੇਰੀ ਲੱਗਦੀ ਕੀ ਆ? ਕਹਿੰਦੇ ਮੈਂ ਸੁਣਾ ਮੰਮਾ। ਹਾਂ, ਇਹ ਕਿਹੜੀ ਪੁੱਛਣ ਵਾਲੀ ਗੱਲ ਆ? ਸਿਮਰਤ ਮੇਰੀ ਭੈਣ ਹੈ ਛੋਟੀ। ਤੇ ਭੈਣਾਂ ਦਾ ਐਸਾ ਨੁਕਸਾਨ ਕਰੀਦਾ? ਭੈਣਾਂ ਬਾਰੇ ਆ ਕਿ ਸਿੱਧੂ ਕੋਲ ਹੋਣੀ ਨਾ ਤਾਂ ਮੇਰੀ ਗੱਲ ਸੁਣ, ਸਿੱਧੀ ਗੱਲ ਮੇਰੀ ਸੁਣ, ਤੂੰ ਕੋਲ ਹੋਣੀ ਹੈ ਲਾਈਫ ਦਾ ਡਿਸੀਜਨ ਲੈਣ ਵਾਲੀ। ਮੈਂ ਕਿਹੜਾ ਫੈਸਲਾ ਲੈ ਲਿਆ ਉਹਦਾ? ਮੈਨੂੰ ਦੱਸ ਤੇ ਦਿਓ ਮੈਂ ਕਿਹੜਾ ਲਿਆ ਫੈਸਲਾ। ਭੈਣ ਜੀ ਤੂੰ ਬਹਿ ਉੱਥੇ, ਸਿਰ ਤੂੰ ਉੱਥੇ ਬਹਿ, ਤੇਰੇ ਨਾਲ ਵੀ ਬਾਅਦ ਗੱਲ ਕਰਦੀ ਹਾਂ। ਬੈਠੀ ਆ ਨਾ, ਤੇਰੇ ਨਾਲ ਵੀ ਗੱਲ ਕਰਦੀ ਹਾਂ। ਬਹਿ ਜਾ ਜਰਾ ਟਿੱਕ ਕੇ ਸਾਰੇ ਜਣੇ। ਨਾ ਮੈਨੂੰ ਕੋਈ ਗੱਲ ਦੱਸ, ਤੂੰ ਕੌਣ ਨਹੀਂ ਇੰਨੀ ਗੱਲ ਕਹਿਣ ਵਾਲੀ ਕਿ ਸਿਮਰਨ ਦਾ ਬੱਚਾ ਅਸੀਂ ਸ਼ੰਮੀ ਨੂੰ ਦੇ ਦੇਵਾਂਗੇ? ਤੂੰ ਹੁੰਦੀ ਕੌਣ ਹੈ? ਤੇਰੀ ਹਿੰਮਤ ਕਿੱਦਾਂ ਪੈ ਗਈ ਇੰਨੀ ਗੱਲ ਕਹਿਣ ਦੀ? ਮੰਮਾ ਹਾਂ, ਤੁਹਾਨੂੰ ਕਿੰਨੇ ਫੋਨ ਕਰ ਦਿੱਤਾ ਤੇ ਕਿੰਨੇ ਦੱਸ ਦਿੱਤਾ, ਪੂਰੀ ਗੱਲ ਨਹੀਂ ਤੁਹਾਨੂੰ ਦੱਸੀ ਹੈਗੀ? ਮੈਨੂੰ ਜਿਹੜੀ ਗੱਲ ਪੂਰੀ ਹੋਈ ਮੈਨੂੰ ਪਤਾ ਲੱਗਾ ਤੇ ਮੈਂ ਤੈਨੂੰ ਪੁੱਛਦੀ ਪਈ ਆ। ਫੈਸਲੇ ਲੈਣ ਵਾਸਤੇ ਨਾ ਤੂੰ ਕੌਣ ਹੋਣੀ ਏ ਉਹਦੀ ਲਾਈਫ ਦਾ ਡਿਸੀਜਨ ਲੈਣ ਵਾਲੀ? ਤੈਨੂੰ ਮੈਂ ਹੱਕ ਦਿੱਤਾ ਇਸ ਘਰ ਦੀ ਸਭ ਕੁਛ ਹੈ ਤੂੰ, ਲੇਕਿਨ ਤੈਨੂੰ ਮੈਂ ਇੰਨਾ ਵੀ ਹੱਕ ਨਹੀਂ ਦੇਤਾ ਕਿ ਤੂੰ ਉੱਠ ਕੇ ਮੇਰੀ ਕੁੜੀ ਦੀ ਜ਼ਿੰਦਗੀ ਦਾ ਡਿਸੀਜਨ ਲੈਣਾ ਸ਼ੁਰੂ ਕਰ ਦਵੇਂ। ਪਰ ਭੈਣ ਜੀ ਉਹ ਤਾਂ ਗੱਲ ਮੈਂ ਕਹੀ ਸੀ। ਤੂੰ ਚੁੱਪ ਕਰ ਖਾ ਭੈਣ ਜੀ, ਅੱਜ ਤੂੰ ਕੋਈ ਸੁਣ ਨਹੀਂ। ਮੈਂ ਕਿਹਾ ਸੀ ਇਹਨੂੰ, ਉਹ ਪੁੱਤ ਮੇਰੇ ਨਹੀਂ ਹੈਗੇ, ਉਹ ਤੇਰੇ ਨੇ। ਉਹ ਤੇਰਾ ਸੋਚਦੇ ਨੇ, ਮੇਰਾ ਨਹੀਂ ਸੋਚਦੇ, ਉਹ ਸਾਡਾ ਨਹੀਂ ਉਹ ਸੋਚਦੇ। ਉਹ ਇਸ ਘਰ ਚ ਬੈਠੇ ਜ਼ਰੂਰ ਨੇ, ਉਹ ਸਿਰਫ ਤੇਰੇ ਨੇ, ਸਿਰਫ ਤੇਰੇ। ਉਹ ਤੇਰਾ ਹੀ ਸੋਚਦੇ ਜੀ, ਤੇਰਾ ਔਰ ਤੇਰੀ ਸ਼ਮੀ ਦਾ। ਤੂੰ ਕਿੱਦਾਂ ਕਹਿਤੀ? ਤੂੰ ਕਿੱਦਾਂ ਕਹਿਤੀ ਜੀ?
ਹਾਂ ਮੈਂ ਮੰਨਦੀ ਮੇਰੇ ਕੋਲ ਗਲਤੀ ਹੋ ਗਈ ਸੀ ਤੇ ਮੈਂ ਜਾ ਕੇ ਆਪਾਂ ਸਿਮਰਤ ਦਾ ਬੱਚਾ ਸ਼ਮੀ ਨੂੰ ਕਿਉਂ ਦਿਆਂਗੇ ਕੀ ਮਤਲਬ ਉਹ ਤੇ ਮੈਂ ਤਦ ਕਿਹਾ ਸੀ ਉਹਦੀ ਸੱਸ ਨੂੰ ਘਰੋਂ ਬਾਹਰ ਕੱਢਣ ਨਾ ਦੇ ਦਵੇ ਕੰਜੀ ਤੇਰੇ ਆਪਣੇ ਕਿਸੇ ਰਿਸ਼ਤੇਦਾਰ ਤੇ ਭਤੀਜੇ ਹੈਗੇ ਨੇ ਉਹਨਾਂ ਦੇ ਬੱਚੇ ਹੈਗੇ ਨੇ ਨਵੀਆਂ ਵਿਆਹੀਆਂ ਆਈਆਂ ਨੇ ਤੇਰੇ ਭਤੀਜੇ ਦੀ ਵੋਟੀ ਤੇ ਨਵੀਂ ਵਿਆਹੀ ਆਈ ਹੈ ਨਾ ਉਹਨੂੰ ਕਹਿ ਜਿਹੜਾ ਵੱਡਾ ਤੇਰਾ ਭਰਾ ਹੈ ਜਿਹੜਾ ਦੂਰ ਰਹਿੰਦਾ ਹੈ ਜੀ ਤਾਂ ਪਤਾ ਉਹਨਾਂ ਦਾ ਮੇਰਾ ਬੋਲ ਚੱਲ ਨਹੀਂ ਹੈਗਾ ਤੇ ਫਿਰ ਇੱਧਰ ਦੇ ਖਾਦਾ ਹੱਕ ਹੈ ਕੰਜੀ ਮੈਂ ਮੰਨਦੀ ਹਾਂ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਸਿਮਰਤ ਕੋ ਖੁਦ ਮਾਫੀ ਮੰਗੀ ਮੈਂ ਤੇ ਸੱਸ ਕੋ ਵੀ ਮਾਫੀ ਮੰਗੀ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ ਮੈਂ ਤੇਰੇ ਨਾਲ ਤੇ ਗੱਲਬਾਤ ਕਰਾਂਗੀ ਤੇਰੇ ਦਾ ਤੇ ਮੈਨੂੰ ਜਿਹੜਾ ਗੁੱਸਾ ਹੈਗਾ ਹੈਗਾ ਲੇਕਿਨ ਤੂੰ ਮੈਂ ਪਹਿਲੇ ਤੇ ਮੈਂ ਤੇਰੇ ਨਾਲ ਗੱਲ ਕੀਤੀ ਨਾ ਤੂੰ ਮੈਨੂੰ ਜਵਾਬ ਦੇ ਭਰੀ ਪਿੱਤੀ ਆਈ ਆ ਮੇਰੇ ਉੱਤੇ ਪਤਾ ਨਹੀਂ ਇੰਨਾ ਸਫਰ ਮੈਂ ਕਿਵੇਂ ਤੈਅ ਕਰ ਗਈ ਮੈਨੂੰ ਜਦੋਂ ਦਾ ਮੈਨੂੰ ਪਤਾ ਲੱਗਿਆ ਕੀ ਗੱਲ ਤੂੰ ਆ ਮੁਖਤਿਆਰ ਨਾਮੀ ਇਸ ਘਰੇ ਜ਼ਿਆਦਾ ਨਹੀਂ ਕਰਨ ਲੱਗ ਪਈ ਮੈਂ ਤੇ ਚਾਚੀ ਜੀ ਦੇ ਫੈਸਲੇ ਦੇ ਨਾਲ ਉਹਨਾਂ ਦੇ ਮੈਨੂੰ ਮੇਰੇ ਭਰਾ ਦੀ ਤਬੀਅਤ ਠੀਕ ਨਹੀਂ ਮੈਨੂੰ 2 ਦਿਨ ਬਾਹਰ ਅੰਦਰ ਜਾਣਾ ਪੈਂਦਾ ਪਿਆ ਤੇ ਤੂੰ ਇਹਦਾ ਮਤਲਬ ਹੈ ਕਿ ਤੂੰ ਸਰਕਾਰ ਸੇ ਸਾਰੇ ਘਰ ਦੀ ਕਰਤਾ ਥਰਤਾ ਤੂੰ ਬਣ ਗਈ ਭੈਣ ਜੀ ਇਹ ਨਹੀਂ ਮੈਂ ਤੁਹਾਨੂੰ ਕਹਿ ਦੀ ਕਸੂਰ ਮੇਰਾ ਮੈਂ ਮਮਤਾ ਵਿੱਚ ਇੰਨੀ ਡੁੱਕੀ ਚਲੀ ਗਈ ਸੀ ਮੈਨੂੰ ਆਪਣੀ ਮਮਤਾ ਨਿਭਾ ਜਿਵੇਂ ਮਰਜ਼ੀ ਨਿਭਾ ਕੀ ਮਤਲਬ ਡੱਡਾ ਪਰ ਤੇਰੀ ਮਮਤਾ ਨਿਭਾਉਣ ਦਾ ਮੇਰੀ ਸਿਮਰਤ ਹਰ ਜਾਣਾ ਨਹੀਂ ਭਰੇਗੀ ਉਹ ਕਿਉਂ ਭਰੇ ਮੈਂ ਮੰਨਦੀ ਹਾਂ ਕਿ ਮੇਰੇ ਕੋਲ ਗਲਤੀ ਹੋ ਗਈ ਆ ਬਾਕੀ ਇਹ ਗੱਲ ਗੱਲ ਵੀ ਦਿੰਦੀ ਮੇਰੇ ਹਰਜ ਕੀ ਸੀ ਕਿਉਂ ਕਰੇ ਕਿਉਂ ਕਿਹੜੀ ਗੱਲ ਪਰ ਕਿਉਂ ਕਰੇ ਕਿਉਂ ਭੈਣ ਜੀ ਕਿਉਂ ਕਿਹੜੀ ਗੱਲ ਉਹ ਕਰ ਨਹੀਂ ਸਕਦੀ ਨਹੀਂ ਬਿਲਕੁਲ ਵੀ ਨਹੀਂ ਪਰ ਤੁਸੀਂ ਤਾਂ ਕਹਿੰਦੇ ਜੇ ਕਿ ਮੈਂ ਸ਼ਮੀ ਵਿੱਚ ਸਿਮਰਤ ਵਿੱਚ ਕਦੀ ਫਰਕ ਨਹੀਂ ਰੱਖਿਆ ਮੈਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇੱਕ ਬੱਚਾ ਚੁੱਕ ਕੇ ਦੂਜੇ ਬੱਚੇ ਦੇ ਦਾਂਗੇ ਤੇ ਉਹਨੂੰ ਅਸੀਂ ਰੋਂਦਿਆਂ ਛੱਡ ਦਾਂਗੇ ਕਿਉਂ ਕਿਹੜੀ ਗੱਲ ਭੈਣ ਜੀ ਬੱਚਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕੋਈ ਇੱਕੋ ਹੀ ਹੁੰਦਾ ਹੈ ਤੇ ਉਹ ਵੀ ਅਸੀਂ ਚੁੱਕ ਕੇ ਦੂਜੇ ਨੂੰ ਦੇ ਦਈਏ ਭੈਣ ਜੀ ਤੇ ਆਪ ਫਿਰ ਰਹਿ ਜੀ ਹੋਵੇ ਤੇ ਹੋਵੇ ਸਾਡੀ ਜ਼ਿੰਦਗੀ ਕਾਲੀ ਜਦੋਂ ਮੈਂ ਸ਼ਮੀ ਨੂੰ ਮਾਰਦੀ ਕੁੱਟਦੀ ਹੁੰਦੀ ਸੀ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਤੈਨੂੰ ਸ਼ਮੀ ਰੱਖਣੀ ਨਹੀਂ ਆਂਦੀ ਇਹ ਸ਼ਮੀ ਤੇਰੀ ਭਤੀਜੀ ਨਹੀਂ ਇਹ ਮੇਰੀ ਧੀ ਤੋਂ ਵੱਧ ਆ ਤੇ ਫਿਰ ਮੈਂ ਇਹਦਾ ਮਤਲਬ ਇਹ ਥੋੜਾ ਹੈ ਕਿ ਮੈਂ ਆਪਣੀ ਧੀ ਦਾ ਬੱਚਾ ਚੁੱਕ ਕੇ ਉਹਨੂੰ ਦੇ ਦਿਆਂਗੀ ਉਹ ਫਿਰ ਗੱਲਾਂ ਵੈਸੇ ਸੀ ਹਾਂ ਜੀ ਗੱਲਾਂ ਜੋ ਬੱਚਾ ਮੈਂ ਠੀਕ ਹੈ ਮੈਨੂੰ ਉਹਦਾ ਹਮਦਰਦੀ ਲੇਕਿਨ ਮੈਂ ਉਹਦਾ ਬੱਚਾ ਸਿਮਰਤ ਦਾ ਬੱਚਾ ਕਦੀ ਵੀ ਸ਼ਮੀ ਦੀ ਚੋਰੀ 'ਚ ਨਹੀਂ ਪਾਉਂਗੀ ਨਾ ਮੁਮਕਿਨ ਹੋ ਨਹੀਂ ਹੋ ਸਕਦਾ ਔਰ ਖਬਰਦਾਰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਅੱਗੋਂ ਜਵਾਬ ਲੜਾਈ ਤੇ ਔਰ ਇਸ ਗੱਲ ਦੇ ਵਿੱਚ ਨਾ ਮੇਰੀ ਧੀ ਨੂੰ ਕੋਈ ਜ਼ਿਆਦਾ ਕਹੇਗਾ ਔਰ ਨਾ ਮੈਨੂੰ ਕਹੇਗਾ ਮੰਮਾ ਜੀ ਤੁਹਾਨੂੰ ਪਹਿਲਾਂ ਦੁੱਖੀ ਨਾ ਸ਼ਮੀ ਦਾ ਤੂੰ ਹੁਣ ਵੀ ਇਹਦਾ ਦੁੱਖ ਸਮਝੋ ਦੁੱਖ ਕਰਕੇ ਕੀ ਕਰਾਂ ਕੀ ਕਰਾਂ ਫਿਰ ਸਮਝੋ ਉਹਦਾ ਦੁੱਖ ਕਮਾਲ ਦੀ ਗੱਲ ਅੱਛਾ ਉਹਨੂੰ ਸੁਖੀ ਕਰਦੀ ਕਰਦੀ ਮੈਂ ਵੀ ਧੀ ਦੁਖੀ ਕਰ ਲਾਂ ਤੇ ਜੇ ਭੈਣ ਜੀ ਉਹਦੀ ਸੱਸ ਨੇ ਉਹਨੂੰ ਘਰੋਂ ਬਾਹਰ ਕੱਢਤਾ ਤੇ ਫਿਰ ਯਾਨੀ ਕਿ ਮੈਨੂੰ ਵੀ ਧੀ ਦਾ ਉਹ ਤੇ ਲੈਣੀ ਪੈ ਜਾਏਗੀ ਤੇਰੀ ਤੇਰੀ ਭਤੀਜੀ ਵਿੱਚ ਹੈ ਭੈਣ ਜੀ ਮੈਂ ਮਾਫੀ ਮੰਗ ਲਈ ਮੈਂ ਵੈਸੇ ਗੱਲ ਕਰਦੀ ਆ ਜੇ ਉਹਦਾ ਘਰ ਵਾਲਾ ਨੂੰ ਬਾਹਰ ਕੱਢ ਦੇ ਜਾਂ ਸੱਸ ਬਾਹਰ ਕੱਢ ਦੇ ਤੇਰੇ ਤੇ ਮੇਰਾ ਕੋਈ ਕਸੂਰ ਨਹੀਂ ਤੇਰੀ ਭਤੀਜੀ ਤੂੰ ਜਾਣ ਤੇਰਾ ਕੰਮ ਜਾ ਤੇ ਤੁਹਾਨੂੰ ਯਾਨੀ ਕਿ ਸ਼ਮੀ ਦਾ ਕੋਈ ਦੁੱਖ ਹੈ ਨਹੀਂ ਤੁਹਾਨੂੰ ਮੈਂ ਆਪਣੀ ਮੈਂ ਹੁਣ ਕਮਾਲ ਦੀ ਗੱਲ ਮੈਂ ਹੁਣ ਆਪਣੀ ਸਿਮਰਤ ਦਾ ਚੁੱਕੇ ਬੱਚਾ ਉਹਨੂੰ ਦੇ ਛੜਾ ਭੈਣ ਜੀ ਬੱਚੇ ਦੀ ਗੱਲ ਅਲੱਗ ਆ ਮੈਂ ਸਿਮਰਤ ਦਾ ਕਰ ਬੱਚੇ ਦੀ ਗੱਲ ਅਲੱਗ ਆ ਬੱਚੇ ਦੀ ਮੈਂ ਮਾਫੀ ਮੰਗ ਗਈ ਆ ਕਿ ਮੈਂ ਜੋ ਕਿਹਾ ਗਲਤ ਕਿਹਾ ਪਰ ਉਦ ਤਾਂ ਤੁਸੀਂ ਦੱਸੋ ਇੰਨੀ ਦੇਰ ਤੋਂ ਸ਼ਮੀ ਦੁਖੀ ਆ ਤੁਸੀਂ ਇੱਕ ਵਾਰੀ ਫੋਨ ਕਰਕੇ ਉਹਨੂੰ ਹਾਲ ਪੁੱਛਿਆ ਦੱਸੋ ਦੋ ਜਵਾਬ ਨਹੀਂ ਤੇ ਜੇ ਉਹ ਦੁਖੀ ਤੇ ਮੇਰੀ ਸਿਮਰਤ ਕਿਹੜਾ ਸੁਖੀ ਹੈ ਉਹਨੇ ਮੇਰੀ ਸਿਮਰਤ ਨੂੰ ਬੜਾ ਦੁਖੀ ਕੀਤਾ ਭੈਣ ਜੀ ਤੁਹਾਡੀ ਸਿਮਰਤ ਦੀ ਵਜ੍ਹਾ ਕਰਕੇ ਦੁਖੀ ਆ ਉਹ ਮੇਰੀ ਸਿਮਰਤ ਨੂੰ ਇਹ ਬੜਾ ਦੁਖੀ ਕੀਤਾ ਹਾਂ ਸ਼ੁਰੂ ਤੋਂ ਬਸ ਤੁਸੀਂ ਪੱਕ ਦਾ ਸਿਮਰਤ ਦਾ ਹੀ ਲਿਆ ਨਾ ਤੇ ਕੀ ਕਰਾਂ ਹਾਂ ਤੁਸੀਂ ਪੱਕ ਸਿਮਰਤ ਦਾ ਹੀ ਲਿਆ ਉਹਦਾ ਹੀ ਲੈਣਾ ਹੁੰਦਾ ਕੀ ਕਰਾਂ ਮੈਂ ਫਿਰ ਇਹ ਨਾ ਕਿਹਾ ਕਰੋ ਮੇਰੀ ਧੀ ਤੂੰ ਸ਼ਮੀ ਦੀ ਲੈਣੀ ਹੈ ਤੇ ਮੈਂ ਸਿਮਰਤ ਦਾ ਵੀ ਨਾਲ ਲੈਣੀ ਹੈ
ਸਿਮਰਨ ਦਾ ਲੈਂਦੀ ਹੁੰਦੀ ਨਾ ਤੇ ਤੂੰ ਕਦੀ ਵੀ ਨਾ ਇੰਨਾ ਵੱਡਾ ਦਿਸਦੇ ਭੈਣ ਜੀ ਜੇ ਮੈਂ ਸਿਮਰਨ ਦਾ ਲੈਂਦੀ ਹੈ ਨਾ ਤੇ ਮੈਂ ਜਾ ਕੇ ਵੱਡੀ ਹੋਣ ਦੇ ਬਾਵਜੂਦ ਵੀ ਮੈਂ ਸਿਮਰਨ ਤੋਂ ਮਾਫੀ ਮੰਗ ਕੇ ਆਈ ਆ ਉਹਦੀ ਸੱਸ ਤੋਂ ਮਾਫੀ ਮੰਗ ਕੇ ਆਈ ਆ ਇਹ ਗੱਲ ਤੁਸੀਂ ਸਾਡੀ ਸੁਣਾ ਨਹੀਂ ਕਿਤੇ ਇਹ ਗੱਲ ਕੀਤੀ ਕਿਉਂ ਕਿ ਮਾਫੀ ਮੰਗਣ ਦੀ ਨੌਬਤ ਆ ਗਈ ਤੁਹਾਨੂੰ ਭੈਣ ਜੀ ਮਮਤਾ ਚ ਕਹਿ ਦਿੱਤੀ ਗਈ ਮਮਤਾ ਇਹ ਚੰਗੀ ਮਮਤਾ ਹਾਂ ਅੱਛਾ ਪਹਿਲੇ ਗੱਲ ਕਰ ਲਈ ਤੈਨੂੰ ਸੱਸ ਦੇਣ ਦੇ ਲੱਗੀ ਸੀ ਸ਼ਮੀ ਨੂੰ ਬੱਚਾ ਸਿਮਰਨ ਦਾ ਤੇ ਪਹਿਲੇ ਗੱਲ ਪਹਿਲੇ ਸੋਚ ਕੇ ਕਰਨੀ ਸੀ ਸਿਮਰਤ ਭਾਵੇਂ ਦਵੇ ਨਾ ਦਵੇ ਪਰ ਅਸਲ ਵਿੱਚ ਤੁਸੀਂ ਨਹੀਂ ਚਾਹੁੰਦੇ ਤਾਂ ਨਾ ਸਹੀ ਗੱਲ ਮੇਰੀ ਸਿਮਰਤ ਮੈਂ ਬੱਚਾ ਕਿਉਂ ਲੈਗੀ ਮੈਂ ਨਹੀਂ ਦੇਣ ਦੇਣਾ ਮੈਂ ਦੇਣ ਨਹੀਂ ਕਿਉਂ ਦਵਾਂ ਮੈਂ ਦੇਣ ਨਹੀਂ ਕਿਉਂ ਦਵਾਂ ਗੱਲ ਉੱਥੇ ਹੀ ਮੁੱਕ ਗਈ ਆ ਜਦੋਂ ਤੁਸੀਂ ਕਹਿਤਾ ਮੇਰੀ ਸਿਮਰਤ ਤੇ ਮੇਰੀ ਸਿਮਰਤ ਹੈ ਸਿਰਫ ਮੇਰੀ ਸਿਮਰਤ ਹੈ ਭੈਣ ਜੀ ਸ਼ੁਰੂ ਚੋਂ ਹੀ ਤੁਸੀਂ ਮੇਰੇ ਤੇ ਪਾਣੀ ਸ਼ੁਰੂ ਕਰਤੀ ਸੀ ਠੀਕ ਹੈ ਹਾਂ ਬਸ ਪਰ ਹੁਣ ਅੱਜ ਤੋਂ ਬਾਅਦ ਇਹ ਜੀ ਗੱਲ ਨਹੀਂ ਉੱਠਣੀ ਚਾਹੀਦੀ ਔਰ ਇਹ ਨੌਬਤ ਨਹੀਂ ਆਣੀ ਚਾਹੀਦੀ ਕਿ ਮੈਨੂੰ ਦੁਬਾਰਾ ਗੱਲ ਕਹਿਣ ਦਾ ਮੌਕਾ ਮਿਲੇ ਸਿੱਧੀ ਗੱਲ ਜੇ ਦੋਨੋਂ ਜਣੇ ਕੰਨ ਖੋਲ ਕੇ ਸੁਣ ਲਓ ਭੈਣ ਜੀ ਤੁਸੀਂ ਨਾਲੇ ਜਿਹੜੀ ਗੱਲ ਕਰਨੀ ਨਾ ਮੇਰੇ ਨਾਲ ਕਰੋ ਖਬਰਦਾਰ ਜੇ ਤੁਸੀਂ ਉਹਦੇ ਨਾਲ ਕੋਈ ਗੱਲ ਕੀਤੀ ਉਹ ਹੈ ਤੇਰੇ ਨੇ ਹਾਂ ਮੇਰੀ ਆ ਤੇਰੇ ਮਮਾ ਮੇਰੀ ਗੱਲ ਆਪਣਾ ਟਿੰਡਾ ਟੱਪਰ ਚੱਕੋ ਤੇ ਜਾ ਕਿੱਥੇ ਦੇਰ ਕਰਦਾ ਕਿੱਥੇ ਜਾ ਕਿੱਥੇ ਜਾਈਏ ਜਿੱਥੇ ਮਰਜ਼ੀ ਜਾ ਉਹਦੇ ਨਾਲ ਰਹੋ ਤੇ ਕੀ ਕਿਤੇ ਕੋ ਰਹਿਣਾ ਮੈਂ ਇਕੱਲੀ ਲੈ ਲਾਂਗੀ ਇੱਕ ਮਿੰਟ ਮੈਂ ਇਕੱਲੀ ਕਿਉਂਕਿ ਮੇਰੀ ਔਲਾਦ ਹੀ ਨਲਾਇਕ ਹੋ ਗਈ ਤੇ ਮੈਂ ਕੀ ਕਰਾਂ ਤੂੰ ਚੁੱਪ ਕਰ ਇੰਨੀ ਤੂੰ ਇੰਨੀ ਹੋ ਗਈ ਹੈ ਕਿ ਤੈਨੂੰ ਆਪਣਾ ਘਰ ਪਰਿਵਾਰ ਤੈਨੂੰ ਆਪਣੀ ਸੱਸ ਤੈਨੂੰ ਆਪਣੀ ਨਨਾਣ ਇਹ ਨਹੀਂ ਨਜ਼ਰ ਆਉਂਦੇ ਬਸ ਤੈਨੂੰ ਇੱਕ ਚਾਚੀ ਦੀ ਭਤੀਜੀ ਬਸ ਤੈਨੂੰ ਇਹ ਦੋ ਰਿਸ਼ਤੇ ਬਹੁਤ ਪਿਆਰੇ ਨੇ ਤੈਨੂੰ ਕੋਈ ਕਹੇ ਨਾ ਤੂੰ ਜਾਣ ਦੇ ਦੇ ਇਹਨਾਂ ਦੇ ਪਿੱਛੇ ਤੇ ਇਹ ਰਿਸ਼ਤੇ ਮੈਂ ਕਹਿੰਦੀ ਤੂੰ ਤੇ ਮਿੰਟ ਨਾ ਲਾਈ ਨਹੀਂ ਪਹਿਲਾਂ ਦੋਸੇ ਦਿਨ ਕਵੀ ਜਾਣ ਦੇ ਮੈਨੂੰ ਦੱਸੋ ਮੈਂ ਛੱਡ ਜਾਵਾਂ ਲੱਕੀ ਦੀ ਵੀ ਲੈ ਲਓ ਮੈਂ ਕਿੱਥੇ ਜਾਵਾਂ ਤੁਸੀਂ ਮੈਨੂੰ ਕਹਿਣ ਦੇ ਤੂੰ ਇਹਨਾਂ ਦੇ ਨਾਲ ਚੱਲ ਜਾ ਮੈਂ ਕਿੱਥੇ ਜਾਵਾਂ ਮੈਂ ਤਾਂ ਇਸ ਘਰ ਚ ਰਹਿਣਾ ਤੁਸੀਂ ਦੇਖੋ ਹੁਣ ਤੱਕ ਅਸੀਂ ਕੀਤਾ ਸਭ ਕੁਝ ਤਾਂ ਜੋ ਤੇਰਾ ਹਿੱਸਾ ਬਣਦਾ ਜੋ ਤੇਰਾ ਲੈਣਾ ਦੇਣਾ ਚੱਕੋ ਤੇ ਜਾਓ ਜਿੱਥੇ ਮਰਜ਼ੀ ਰਹੋ ਯਾਨੀ ਕਿ ਹੁਣ ਇਸ ਉਮਰ ਚ ਮੈਂ ਆਪਣਾ ਘਰ ਛੱਡ ਕੇ ਤੇ ਬਾਹਰ ਚਲੀ ਜਾਵਾਂ ਜੋ ਤੁਹਾਡਾ ਬੰਦਾ ਲਵੋ ਸਿੱਧੀ ਗੱਲ ਭੈਣ ਜੀ ਜੇ ਇਹ ਗੱਲ ਆ ਨਾ ਤੇ ਘਰੋਂ ਬਾਹਰ ਤੇ ਮੈਂ ਵੀ ਨਹੀਂ ਜੇ ਜਾਂਦੀ ਲਾ ਲਓ ਜ਼ੋਰ ਜ਼ੋਰ ਲਾਣਾ ਚੱਲ ਫਿਰ ਆਪਣੇ ਕਮਰੇ ਚ ਲਵੋ ਕਿਉਂ ਆਪਣੇ ਪੋਸ਼ਨ ਚ ਲਵੋ ਇਹ ਟਾਡਾ ਨਹੀਂ ਹੈਗਾ ਜਾਂ ਤੁਸੀਂ ਪਿੱਛੋਂ ਨਹੀਂ ਲੈ ਕੇ ਆਏ ਇਹ ਮੇਰੇ ਸਹੁਰੇ ਦਾ ਬਣਾਇਆ ਹੋਇਆ ਘਰ ਆ ਮੈਂ ਤੁਹਾਨੂੰ ਕਿਹਾ ਜੋ ਤੁਹਾਡਾ ਬੰਦਾ ਲਵੋ ਮੈਂ ਨਹੀਂ ਹਿੱਸਾ ਲੈਣਾ ਮੈਂ ਤਾਂ ਇਸੇ ਘਰ ਚ ਹੀ ਰਹਿਣਾ ਇੱਥੇ ਰਹਿਣਾ ਮੇਰੀ ਛਾਤੀ ਦੇ ਬਹਿ ਕੇ ਕਰੇ ਮੇਰੀ ਔਲਾਦ ਅੱਗੇ ਆਪਣੇ ਵਸ ਕਰ ਲਈ ਇਹ ਆਪਣੀ ਔਲਾਦ ਨੂੰ ਪੁੱਛੋ ਮੇਰੇ ਵੱਲ ਕਿਉਂ ਮੇਰੀ ਔਲਾਦ ਚੱਜਦੀ ਹੁੰਦੀ ਤੇ ਤੁਸੀਂ ਆਪਣੇ ਤੇ ਸੁਣਦੀ ਸੀ ਆਪਣੇ ਚ ਕਮੀ ਲੱਭੋ ਕਮੀ ਲੱਭੋ ਆਪਣੇ ਮੇਰੇ ਚ ਕਮੀ ਹੀ ਕਮੀਆਂ ਨੇ ਹਾਂ ਤੇ ਫਿਰ ਸਾਰੀ ਖੂਬੀਆਂ ਤੇ ਰੱਬ ਨੇ ਤੇਰੇ ਚ ਭਰਤੀਆਂ ਹੱਥ ਭਰਤੀਆਂ ਤਾਂ ਹੀ ਤੇ ਹਾਂ ਤਾਂ ਹੀ ਤੇ ਮੈਂ ਕੰਨੀ ਤੁਸੀਂ ਆਪਣੇ ਬੱਚਿਆਂ ਨੂੰ ਪੁੱਛੋ ਉਹਨਾਂ ਨੂੰ ਰੋਕੋ ਤਾਂ ਹੀ ਤੇ ਉਹਨਾਂ ਨੂੰ ਰੋਕੋ ਲੈ ਡਿਸੀਜਨ ਲੈ ਲਾ ਪੀ ਮੈਂ ਕੰਨੀ ਤੁਸੀਂ ਉਹਨਾਂ ਨੂੰ ਰੋਕੋ ਉਹਨਾਂ ਨੂੰ ਰੋਕੋ ਉਹਨਾਂ ਨੂੰ ਰੋਕੋ ਸ਼ਰਮ ਆਣੀ ਚਾਹੀਦੀ ਤੈਨੂੰ ਕੋਲ ਬਹਿ ਕੇ ਇਹ ਗੱਲਾਂ ਕਰਨੀ ਸ਼ਰਮ ਆਣੀ ਤੇ ਡੁੱਬ ਕੇ ਮਰ ਜਾਓ ਤੁਸੀਂ ਦੋਵੇਂ ਜਣੇ ਮੰਮਾ ਤੁਸੀਂ ਤੇ ਸਾਨੀ ਬੋਲੀ ਜਾਂਦੇ ਹੋ ਤੇ ਇਹਨਾਂ ਦੀ ਤੇ ਅੱਛਾ ਤੈਨੂੰ ਸਾਰਾ ਹੀ ਲੱਗਦਾ ਸੀਮਾ ਮੈਂ ਤੇ ਤਾਂ ਮੂੰਹ ਮੋੜ ਦੇ ਨਹੀਂ ਸੀਮਾ ਲਈ ਫੇਰ ਇੱਕ ਪਾਸੇ ਨਹੀਂ ਹੋ ਕੇ ਬਸ ਕਰ ਜਾ ਇਸ ਟਾਈਮ ਮੈਂ ਗੁੱਸੇ ਵਿੱਚ ਹੈ ਇਹਨਾਂ ਨੂੰ ਆਪਣੇ ਤੇ ਬਗਾਨੇ ਚ ਕੁਝ ਨਜ਼ਰ ਨਹੀਂ ਆਣ ਦਿਆ ਆਪਣੇ ਤੇ ਬਗਾਨੇ ਤਾਂ ਹੋ ਜਾਂਦੇ ਆਪਣੀ ਔਲਾਦ ਚੁੱਕ ਕੇ ਤੂੰ ਜੰਦੇ ਨਾ ਫਿਰ ਤੇ ਕੀ ਕੱਲ ਨੂੰ ਸੀਮਾ ਕਹੇ ਕਿ ਮੈਂ ਆਪਣਾ ਅੱਜ ਉਹ ਕਹਿੰਦੀ ਕੱਲ ਨੂੰ ਉਹ ਕਹੇ ਕਿ ਮੇਰਾ ਬੱਚਾ ਹੋ ਗਿਆ ਤੇ ਮੈਂ ਚੁੱਕ ਕੇ ਉਹ ਵੀ ਉਹਨੂੰ ਤੇ ਆਵਾਂਗੀ ਤੇ ਫਿਰ ਆਪਣੇ ਤੇ ਹੋਣੇ ਨਹੀਂ ਤੇ ਦੂਜੇ ਦੇ ਲੈਣਾ ਪੱਲੀ ਜਾਇਆ ਜੀ ਹਾਂ ਹੱਥ ਜੋੜੇ ਡਾਡੇ ਦੂਜੇ ਦੇ ਲੈਣਾ ਪੱਲੀ ਜਾਇਆ ਜੀ ਬਸ ਕਰ ਜੋ ਤਾਂ ਫਿਰ ਕੀ ਕਰਾਂ ਹੁਣ ਦੱਸ ਬਸ ਕਰ ਜੋ ਪਹਿਲੇ ਗਲਤੀਆਂ ਕਰੋ ਹੀ ਨਾ ਨਾ ਉਹ ਜੀ ਕਾਹਦੀਆਂ ਗਲਤੀਆਂ ਹੱਥ ਜੋੜਨੇ ਮੇਰਾ ਕਿ ਨੋਬਤ ਆ ਜੀ ਤੁਸੀਂ ਗੱਲ ਛੱਡਦੇ ਕਿਉਂ ਨਹੀਂ ਕਮਾਲ ਦੀ ਗੱਲ
ਜੇ ਇਹ ਕਮੀ ਕਿਤੇ ਮੇਰੀ ਸਿਮਰਤ ਤੇ ਚੜ ਹੁੰਦੀ ਤੇ ਸ਼ਮੀ ਏਦਾਂ ਕਰ, ਤੂੰ ਸ਼ਮੀ ਨੂੰ ਕਰਨ ਦਿੰਦੀ? ਬਿਲਕੁਲ ਸਲਾਹਾਂ ਵਿਚ ਨੀ ਪੈਣਾ। ਮੈਂ ਜੋ ਫੈਸਲਾ ਸੁਣਾਉਣਾ ਸੀ ਸੁਣਾਤਾ, ਲੱਕੀ ਆਏਗਾ ਉਹਨੂੰ ਮੇਰੇ ਕਮਰੇ ਪਰ। ਮੇਰੀ ਵੀ ਪੂਰੀ ਗੱਲ ਸੁਣ, ਆਈ ਗਏ ਆ। ਇੱਕ ਮਿੰਟ ਸੀਮਾ, ਬੂਆ ਖੋਲ ਤੂੰ ਜਾ ਕੇ, ਫਿਰ ਕੋ ਸੁਣ ਲੋ। ਤੁਸੀਂ ਮੈਨੂੰ ਸੁਣਾਉਣ ਦੇ ਜੇ ਕਿ ਜੇ ਸ਼ਮੀ ਦੇ ਸਿਮਰ ਦੇ ਬੱਚਾ ਨਾ ਹੁੰਦਾ, ਸ਼ਮੀ ਆਪਣਾ ਬੱਚਾ ਝੋਲੀ ਪਾਲੀ ਪਾਲਣ ਦੀ, ਤੁਹਾਨੂੰ ਪਤਾ ਸੀ ਨਾ ਜਿਹੜੀ ਬਾਹਰ ਵਾਲੀ ਜਗ੍ਹਾ ਸੀ, ਹੈ ਨਾ, ਤੁਹਾਨੂੰ ਪਤਾ ਸੀ ਨਾ ਉਹ ਕਿਹਦੇ ਨਾਂ ਸੀ? ਮੇਰੇ ਘਰ ਵਾਲੇ ਦੇ ਨਾਂ ਸੀ। ਅੱਛਾ, ਤੇ ਮੈਂ ਕੀ ਕੀਤੀ, ਉਹ ਸਾਰੀ ਜਗ੍ਹਾ ਲੱਕੀ ਦੇ ਨਾਂ ਤੇ ਲਾਤੀ। ਹਜੇ ਵੀ ਤੁਸੀਂ ਕਹਿੰਦੇ ਜੇ ਕੋਈ ਗੱਲ ਨਹੀਂ, ਲੱਕੀ ਦੇ ਨਾਮ ਤੇ ਲਾਈ ਹੈ ਨਾ। ਹਾਂ, ਲੱਕੀ ਨੂੰ ਕਹਾਂਗੀ ਤੇਰੇ ਨਾਮ ਤੇ ਲਾ ਦੇ। ਜਾ ਭੈਣ, ਤੇਰੀ ਜੀ ਤੈਨੂੰ ਵਾਪਸ, ਮੈਂ ਤੇਰੇ ਅੱਗੇ ਹੱਥ ਜੋੜੇ, ਬਸ ਮੈਂ ਤੇਰੇ ਅੱਗੇ ਹੱਥ ਜੋੜੇ ਬਸ, ਕਿਉਂਕਿ ਤੈਨੂੰ ਹਜੇ ਇਸ ਟਾਈਮ ਸਮਝ ਨਹੀਂ ਆਣੀ। ਤੂੰ ਤਾਂ ਚਾਹੁੰਦੀ ਆ ਕਿ ਮੈਂ ਘਰੋਂ ਨਿਕਲਾਂ, ਤੇ ਮੇਰੀ ਗੱਲ ਸੁਣ ਲਾ ਭੈਣ ਜੀ, ਮੈਂ ਆਪਣੇ ਸਹੁਰੇ ਦੇ ਘਰ ਵਿੱਚੋਂ ਨਹੀਂ ਨਿਕਲਣਾ। ਮੈਂ ਵੇਖਾਂ ਕਿ ਮੈਨੂੰ ਇਸ ਘਰ ਚੋਂ ਕੱਢ ਕੇ ਕਮਰੇ ਤੋਂ ਹਜੇ ਬਾਹਰ ਹੋ। ਹਾਂ, ਹੋ ਗਈ ਬਾਹਰ, ਮੇਰੇ ਕਮਰੇ ਤੋਂ ਬਾਹਰ ਹੋ। ਤੇਰਾ ਕਮਰਾ ਨਹੀਂ ਹੈਗਾ ਭੈਣੇ, ਇਹ ਸਾਰਾ ਇਹ ਵੀ ਸੁਝਦਾ ਮੇਰੀ ਔਲਾਦ। ਸੁਣ ਲਾ ਭੈਣੇ, ਇਹ ਤੇਰਾ ਕਮਰਾ ਨਹੀਂ ਹੈਗਾ। ਅੱਛਾ, ਤੂੰ ਕੋਈ ਪੇਕਿਓਂ ਲਿਆ ਕੇ ਨਹੀਂ ਬਣਾਇਆ? ਨਾ ਤੇਰੇ ਤੇ ਪੇਕਿਆਂ ਦੀ ਕੋਈ ਇੱਕ ਲੱਗੀ ਆ। ਪੇਕਿਓਂ ਨਹੀਂ ਲਿਆਂਦਾ ਹੋਇਆ? ਮੈਂ ਤਾਂ ਅੱਗੇ ਹੀ ਕਹਿਣ ਡਈ ਆ, ਮੈਂ ਤਾਂ ਅੱਗੇ ਹੀ ਕਹਿਣ ਡਈ ਮੇਰੇ ਪੇਕਿਆਂ ਦੇ ਪੰਜਾ ਵੀ ਦਿੱਤਾ। ਹਾਂ ਬਾਬਾ, ਹਾਂ ਤੂੰ ਜਾ ਕੰਮ ਕਰ, ਤੇ ਅੱਜ ਮੈਨੂੰ ਗੱਲ ਕਹਿਤੀ ਹੂ ਕਿ ਇਸ ਘਰ ਚੋਂ ਨਿਕਲ ਜਾ। ਜਿਸ ਦਿਨ ਮੈਂ ਤੇਰੇ ਆਪਣੇ ਘਰ ਚੋਂ ਨਿਕਲੂਗੀ ਉਦੋਂ ਕਮੀ ਵੜੂਗੀ, ਉਦੋਂ ਕਮੀ। ਚੰਗਾ, ਇਹ ਮੇਰੇ ਸਹੁਰੇ ਦਾ ਘਰ ਆ, ਤੂੰ ਕੱਢ ਨਹੀਂ ਸਕਦੀ ਇੱਥੋਂ ਮੈਨੂੰ, ਇਹ ਮਤ ਭੁੱਲ। ਇਹ ਸਾਰਾ ਸਿਆਪਾ ਨਾ ਇਹ ਸੀਮਾ ਦਾ ਪਾਇਆ ਹੋਇਆ, ਇਹ ਸਾਰਾ ਸਿਆਪਾ ਇਹ ਲੱਕੀ ਆਲਵੇ ਲੱਕੀ ਦੇ ਲੱਤਾਂ ਤੋੜੀਆਂ ਤਦ ਕਵੇ। ਇਹਨਾਂ ਨੇ ਬੜਾ ਪਰੇਸ਼ਾਨ ਕਰ ਛੜਿਆ, ਪੜ ਕੇ ਜਾਨ ਲੈਣੀ ਕਰਤੀ ਇਹਨਾਂ ਨੇ ਮੇਰੀ। ਮੇਰੀ ਔਲਾਦ ਹੀ ਮੇਰੀ ਨਹੀਂ ਰਹੀ, ਜਾਨ ਹੀ ਜਸਬੀਰੇ, ਮੇਰੇ ਬੱਚੇ ਵੀ ਖੋਲੇ ਨਹੀਂ, ਸਭ ਕੁਛ ਖੋਲੇ, ਮਿੱਠੀ ਬਣ ਗਏ ਮੇਰੇ ਬੱਚਿਆਂ ਨੂੰ ਆਪਣੇ ਵੱਲ ਲੱਗੇ। ਸੀਮਾ ਤਾਂ ਰੱਬ ਜਾਣੇ ਕੀ ਉਹਨੂੰ ਧੂੜਾ ਧੂੜਤਾ ਹੀ ਉਹਦੇ ਤੇ, ਉਹ ਤੇਰੇ ਨਾਮ ਦੀ ਮਾਲਾ ਜਪਦੀ ਆ। ਵੇ ਆ ਗਿਆ ਤਾਂ ਹੁਣ ਅੰਦਰ, ਤੂੰ ਵੀ ਆ ਜਾ ਜਰਾ।